ਆਮ ਆਦਮੀ ਪਾਰਟੀ ਵੱਲੋਂ ਪਿਛਲੇ ਦਿਨੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਬੇਅਦਬੀ ਮਾਮਲੇ ਵਿੱਚ ਪ੍ਰਿਵਿਲੇਜ ਮੋਸ਼ਨ ਦੇ ਕੇ ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀ ਲਿਆ ਸੀ। ਮਜੀਠੀਆ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਸਰਕਾਰ ਦੇ ਖਿਲਾਫ ਪ੍ਰਿਵਿਲੇਜ ਮੋਸ਼ਨ ਕਿਉਂ ਨਹੀਂ ਲਿਆਈ, ਕਿਉਂਕਿ ਆਮ ਆਦਮੀ ਪਾਰਟੀ ਕਾਂਗਰਸ ਦੀ ਬੀ ਟੀਮ ਹੈ। ਪਰ ਹੁਣ ਬਿਕਰਮ ਮਜੀਠੀਆ ਨੂੰ ਆਮ ਆਦਮੀ ਪਾਰਟੀ ਵੱਲੋਂ ਅਮਨ ਅਰੋੜਾ ਨੇ ਮੋੜਵਾਂ ਜਵਾਬ ਦਿੱਤਾ ਹੈ। ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਰਾਹੀਂ ਬਿਕਰਮ ਮਜੀਠੀਆ ਦੇ ਚੁੱਕੇ ਗਏ ਇਹਨਾਂ ਸਵਾਲਾਂ ਦਾ ਜਵਾਬ ਦਿੱਤਾ ਹੈ। ਇੱਥੇ ਅਮਨ ਅਰੋੜਾ ਦਾ ਕਹਿਣਾ ਹੈ ਕਿ ਜੋ ਮੰਗ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਹੋਣ ਦੇ ਨਾਤੇ ਕਰਨੀ ਚਾਹੀਦੀ ਸੀ, ਉਹ ਤਾਂ ਆਪਣੇ ਕੰਮ ਤੋਂ ਪਿੱਛੇ ਹਟ ਗਏ। ਪਰ ਆਮ ਆਦਮੀ ਪਾਰਟੀ ਨੇ ਆਪਣਾ ਫਰਜ਼ ਸਮਝਦਿਆਂ ਇਹ ਮੰਗ ਵਿਧਾਨ ਸਭਾ ਦੇ ਸਪੀਕਰ ਕੋਲ ਰੱਖੀ ਹੈ। ਅਮਨ ਅਰੋੜਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਿਕਰਮ ਮਜੀਠੀਆ ਰਲ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਨੇ। ਉਹਨਾਂ ਆਖਿਆ ਕਿ ਚਾਚਾ ਭਤੀਜਾ ਦੀ ਜੋੜੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਰਲ ਕੇ ਲੋਕਾਂ ਨੂੰ ਮੂਰਖ ਬਣਾ ਕੇ ਇਸ ਮੁੱਦੇ ਤੋਂ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਨ ਅਰੋੜਾ ਨੇ ਬਿਕਰਮ ਮਜੀਠੀਆ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਦਾ ਮੋੜਵਾਂ ਜਵਾਬ ਕਿਸ ਤਰ੍ਹਾਂ ਦਿੱਤਾ ਹੈ, ਤੁਸੀਂ ਖੁਦ ਹੀ ਦੇਖ ਲਓ। ਪਹਿਲਾਂ ਦੇਖਿਆ ਕਿ ਸ਼ਾਇਦ ਆਪਣੇ ਆਪ ਨੂੰ ਪੰਥ ਦੀ ਅਖੌਤੀ ਰਖਵਾਲਾ ਪਾਰਟੀ ਕਹਾਉਣ ਵਾਲਾ ਅਕਾਲੀ ਦਲ ਦੇ ਵਿੱਚੋਂ ਸ਼ਾਇਦ ਕੋਈ ਇਹ ਦਰਖਾਸਤ ਲੈ ਕੇ ਜਾਵੇ, ਸਪੀਕਰ ਸਾਹਿਬ ਕੋਲੇ ਨਹੀਂ ਗਿਆ ਹੈਗਾ। ਉਸ ਕਰਕੇ ਜਦੋਂ ਵੇਟ ਕਰ ਕਰਕੇ ਫਿਰ ਅਸੀਂ ਗਏ ਅਤੇ ਹੁਣ ਜਦੋਂ ਅਸੀਂ ਜਾ ਕੇ ਆਏ, ਉਸ ਤੋਂ ਬਾਅਦ ਮੈਂ ਇਹ ਮੰਨ ਕੇ ਚੱਲ ਰਿਹਾ ਸੀਗਾ ਕਿ ਇਹ ਕਿਤੇ ਨਾ ਕਿਤੇ ਤਕਲੀਫ ਜਾਂ ਉਸ ਡੀ ਜੀ ਪੀ ਪ੍ਰਬੋਧ ਕੁਮਾਰ ਨੂੰ ਦੇਵੇਗਾ ਜਾਂ ਸਰਕਾਰ ਨੂੰ ਦੇਵੇਗਾ ਜਾਂ ਇਹ ਚੂੰਡੀ ਜਿਹੜੀ ਵੱਢੀ ਗਈ ਹੈ ਇਹਨੂੰ ਚੂੰਡੀ ਕਹਿ ਸਕਦੇ ਹਾਂ ਆਪਾਂ, ਇਹ ਤਾਂ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਤਕਲੀਫ ਉਹ ਸ਼ਾਇਦ ਜ਼ਰੂਰ ਮੰਨਣ ਕਾਂਗਰਸ ਪਾਰਟੀ ਦੇ ਲੋਕ। ਪਰ ਮੈਨੂੰ ਹੈਰਾਨੀ ਹੋਈ ਪਰਸੋਂ, ਜਿਹੜੀ ਇੰਟਰਸਟਿੰਗ ਗੱਲ ਹੈ ਕਿ ਇਸ ਚੂੰਡੀ ਦੀ ਇਸ ਮਤੇ ਦੀ ਜਿਹੜਾ ਵਿਧਾਨ ਸਭਾ ਦੇ ਦਾ ਹਨਨ ਹੋਇਆ, ਇਹਦੀ ਚੂੰਡੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਤਾ ਨਹੀਂ ਮਹਿਸੂਸ ਕਿੰਨੀ ਕੀਤੀ, ਪਰ ਅਕਾਲੀ ਦਲ ਨੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਉਹ ਚੂੰਡੀ ਹੈ ਜਿਹੜੀ ਉਹ ਜ਼ਰੂਰ ਪਿੰਚ ਕੀਤੀ। ਅਤੇ ਇਹਦੇ ਵਿੱਚ ਜਦੋਂ ਮੈਂ ਆਪਦੇ ਸੋਰਸਿਸ ਤੋਂ ਪਤਾ ਕੀਤਾ ਅਤੇ ਉਹਨਾਂ ਨੇ ਪਰਸੋਂ ਆਮ ਆਦਮੀ ਪਾਰਟੀ ਬਾਰੇ ਪ੍ਰੈਸ ਕਾਨਫਰੰਸ ਕਰਕੇ ਇਸੇ ਇਸ਼ੂ ਦੇ ਉੱਪਰ ਸਾਨੂੰ ਉਹਨਾਂ ਨੂੰ ਵੱਡੀ ਕਾਂਗਰਸ ਸਾਨੂੰ ਛੋਟੀ ਕਾਂਗਰਸ ਮੀਟਿੰਗਾਂ ਹੋਈਆਂ, ਇਸ ਤਰ੍ਹਾਂ ਦੀ ਬੜੀਆਂ ਬੇਤੁਕੀਆਂ ਔਰ ਬੇਬੁਨਿਆਦ ਗੱਲਾਂ ਨੇ ਜਿਹੜੀਆਂ ਕੀਤੀਆਂ, ਜਦੋਂ ਮੈਂ ਆਪਦੇ ਸੋਰਸਿਸ ਤੋਂ ਪਤਾ ਕੀਤਾ ਅਤੇ ਮੈਨੂੰ ਇਹ ਪਤਾ ਲੱਗਿਆ ਕਿ ਠੀਕ ਹੈ ਕਿ ਇਹ ਗੱਲ ਹੈ ਜਿਹੜੀ ਵਿਸ਼ੇਸ਼ ਅਧਿਕਾਰਾਂ ਦਾ ਹਨਨ ਹੈ ਜਿਹੜਾ ਇਹ ਹੋਇਆ ਅਤੇ ਇਹਦੀ ਗੱਲ ਸੁਖਜਿੰਦਰ ਰੰਧਾਵਾ ਹੁਣਾਂ ਨੇ ਵੀ ਕੀਤੀ ਸੀਗੀ, ਪਰ ਉਸ ਤੋਂ ਬਾਅਦ ਜਦੋਂ ਕਿਸੇ ਨੇ ਕਾਰਵਾਈ ਨਹੀਂ ਕੀਤੀ ਅਤੇ ਇੱਕ ਬਹੁਤ ਉੱਚ ਪੱਧਰੀ ਮੀਟਿੰਗ ਸੀ ਜਿਹੜੀ ਉਹ ਕਾਂਗਰਸ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਿਰਮੌਰ ਲੀਡਰ ਨੇ ਉਹਨਾਂ ਦੀ ਉਹਨਾਂ ਦੇ ਸਿੱਪਾ ਸਲਾਰਾਂ ਦੀ ਚਾਚਾ ਭਤੀਜਾ ਦੀ ਹਾਜ਼ਰੀ ਦੇ ਵਿੱਚ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਕਿਉਂਕਿ ਆਮ ਆਦਮੀ ਪਾਰਟੀ ਨੇ ਅਮਨ ਅਰੋੜਾ ਨੇ ਬਾਕੀ MLAs ਨੇ ਇਹਨਾਂ ਦੇ ਇੱਕ ਹਰਮਨ ਪਿਆਰੇ DGP ਦੇ ਅਗੇਂਸਟ ਵਿਸ਼ੇਸ਼ ਅਧਿਕਾਰਾਂ ਦੇ ਹਨਣ ਦਾ ਜਿਹੜਾ ਮਾਮਲਾ ਉਹ ਸਪੀਕਰ ਕੋਲ ਦਿੱਤਾ ਅਤੇ ਇਸ ਕਰਕੇ ਹੁਣ ਉਸ DGP ਨੂੰ ਬਚਾਉਣ ਦੀ ਜ਼ਿੰਮੇਵਾਰੀ ਇਹਨਾਂ ਨੇ ਆਪਣੇ ਆਪ ਓਟੀ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਜੇ ਅਸੀਂ ਆਪਦੇ DGP ਦੇ ਅਗੇਂਸਟ ਕੋਈ ਇਸ ਤਰ੍ਹਾਂ ਦੀ ਦਰਖਾਸਤ ਦਿੰਦੇ ਹਾਂ ਅਤੇ ਉਹਦੇ ਨਾਲ ਸਰਕਾਰ ਦੀ ਪੋਜੀਸ਼ਨ ਔਕਵਰਡ ਹੋਊਗੀ, ਖਰਾਬ ਹੋਊਗੀ। ਸੋ ਇਸ ਵਜ੍ਹਾ ਕਰਕੇ ਉਹਨਾਂ ਨੇ ਆਪਣੇ ਭਤੀਜੇ ਨੂੰ ਵਰਤਿਆ ਅਤੇ ਉਹਨਾਂ ਨੇ ਇਸ ਗੱਲ 'ਤੇ ਓਬਜੈਕਟ ਕੀਤਾ ਕਿ ਅਸੀਂ ਕਿਉਂ ਵਿਸ਼ੇਸ਼ ਅਧਿਕਾਰ ਹਨਨ ਦੀ ਜਿਹੜੀ ਦਰਖਾਸਤ ਹੈ ਉਹ ਦਿੱਤੀ ਹੈ। ਉਸੇ ਸੰਬੰਧ ਦੇ ਵਿੱਚ ਕਿਉਂਕਿ ਜਦੋਂ ਗੱਲਾਂ ਬਾਤਾਂ ਹੋਈਆਂ ਹੋਰ ਕਈ ਗੱਲਾਂ ਸਾਹਮਣੇ ਆਈਆਂ ਕਿ ਜਦੋਂ ਹੁਣ ਤੱਕ ਅਕਾਲੀ ਦਲ ਅਤੇ ਕਾਂਗਰਸ ਹੈ ਜਿਹੜਾ ਰਲ ਮਿਲ ਕੇ ਖੇਡਦਾ ਰਿਹਾ, ਵਿਧਾਨ ਸਭਾ ਦੀਆਂ ਚੋਣਾਂ ਵੀ ਇਕੱਠੇ ਰਲ ਕੇ ਲੜੀਆਂ ਅਤੇ ਜਿਹੜੀ ਸਟੇਟਮੈਂਟ 2015 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਦਿੱਤੀ ਸੀਗੀ ਕਿ ਇਸ ਬੇਅਦਬੀ ਦੇ ਮਸਲੇ ਦੇ ਵਿੱਚ ਸਾਨੂੰ ਕੋਈ ਬਾਹਰਲਾ ਵਿਦੇਸ਼ੀ ਹੱਥ ਲੱਗਦਾ ਅਤੇ ਸਿਮ ਉਸ ਸਮੇਂ ਐਕਟਿਵ ਸੀਗੇ ਅਤੇ ਹੁਣ ਉਸ ਤੋਂ 4 ਸਾਲ ਬਾਅਦ 29 ਜੁਲਾਈ 2019 ਦੀ ਆਪਦੀ ਦਰਖਾਸਤ ਦੇ ਵਿੱਚ CBI ਨੂੰ ਜਿਹੜੀ ਪ੍ਰਬੋਧ ਕੁਮਾਰ ਜੀ ਨੇ ਲਿਖੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਉਹੀ ਗੱਲ ਦੁਹਰਾਈ ਹੈ ਜਿਹੜੀ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੇ 4 ਸਾਲ ਪਹਿਲਾਂ ਦੁਹਰਾਈ ਸੀਗੀ। ਸੋ ਇਸ ਕਰਕੇ ਇਹ ਜਿਹੜੀ ਚਾਚਾ ਭਤੀਜਾ ਦੀ ਜਿਹੜੀ ਜੋੜੀ ਅਕਾਲੀ ਦਲ ਔਰ ਕਾਂਗਰਸ ਦੀ ਜੋੜੀ ਇਹ ਲੁੱਟਣ ਅਤੇ ਕੁੱਟਣ ਲੱਗੀ ਹੋਈ ਹੈ, ਪੰਜਾਬ ਨੂੰ ਗੁੰਮਰਾਹ ਕਰਨ ਲੱਗੀ ਹੋਈ ਹੈ, ਉਹ ਅੱਜ ਤੱਥ ਨੇ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ। 4-5 ਚੀਜ਼ਾਂ ਨੇ ਜਿਹੜੀਆਂ ਉਹ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਉਹਨਾਂ ਨੇ ਸਾਨੂੰ ਸਿੱਧੇ ਸਿੱਧੇ ਸਵਾਲ ਕੀਤੇ ਸੀਗੇ, ਉਹਨਾਂ ਦਾ ਅੱਜ ਅਸੀਂ ਸਿੱਧਾ ਸਿੱਧਾ ਜਵਾਬ ਹੈ ਜਿਹੜਾ
ਉਹ ਦੇਣ ਲੱਗਿਆ। ਉਹਨਾਂ ਨੇ ਗੱਲ ਕੀਤੀ ਸੀਗੀ ਕਿ ਆਮ ਆਦਮੀ ਪਾਰਟੀ ਨੇ ਇਹ ਪ੍ਰਿਵਿਲੇਜ ਮੋਸ਼ਨ ਕਿਉਂ ਲਿਆਂਦਾ। ਮਜੀਠੀਆ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਸਾਹਿਬਾਂ ਨੂੰ ਮੈਂ ਪੁੱਛਣਾ ਚਾਹੂੰਗਾ ਅਤੇ ਕਹਿਣਾ ਚਾਹੂੰਗਾ ਕਿ ਜ਼ਿੰਮੇਵਾਰੀ ਤਾਂ ਬਣਦੀ ਸੀ ਤੁਹਾਡੀ, ਕਿਉਂਕਿ ਤੁਸੀਂ ਸਾਰੀ ਉਮਰ ਆਪਦੇ ਆਪ ਨੂੰ ਸਿੱਖ ਪੰਥ ਦੀ ਸਿਰਮੌਰ ਪਾਰਟੀ ਕਹਾਇਆ। ਪਹਿਲਾਂ ਤੁਸੀਂ ਇਹ ਜਵਾਬ ਦਿਓ ਕਿ ਤੁਹਾਡੇ ਰਾਜ ਭਾਗ ਦੇ ਵਿੱਚ ਕਿਸ ਤਰ੍ਹਾਂ 1 ਜੂਨ 2015 ਨੂੰ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਚੱਕ ਕੇ ਲੈ ਜਾਣ ਦੀ ਹਿੰਮਤ ਕਿਵੇਂ ਕਰ ਗਏ, ਪਹਿਲਾਂ ਜਵਾਬ ਤੁਸੀਂ ਦਿਓ, ਸਾਡੇ ਤੋਂ ਸਵਾਲ ਬਾਅਦ ਦੇ ਵਿੱਚ ਕਰਿਓ। ਦੂਜੀ ਜਿਹੜੀ ਇੱਕ ਚੀਜ਼, ਇਹ ਦੋਨੋਂ ਪਾਰਟੀਆਂ ਔਰ ਸਾਰੇ ਲੀਡਰ ਇਹਨਾਂ ਪਾਰਟੀਆਂ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਉਹ ਬਰਗਾੜੀ ਬੁਰਜ ਜਵਾਹਰ ਸਿੰਘ ਵਾਲਾ ਦੇ 3 ਕੇਸਾਂ ਨੂੰ ਔਰ ਬਹਿਬਲ ਕਲਾਂ ਕੋਟਕਪੂਰਾ ਦੇ ਕੇਸਿਸ ਨੂੰ ਉਹਨਾਂ ਨੂੰ ਜੋੜ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜੜ ਕੇ ਉਹ ਜਿਹੜੇ 3 ਕੇਸ ਸੀਗੇ ਉਹ CBI ਇਨਵੈਸਟੀਗੇਟ ਕਰ ਰਹੀ ਸੀ, ਜਿਹਦੇ 'ਚ ਕਲੋਜ਼ਰ ਰਿਪੋਰਟ ਆਈ ਹੈ। ਔਰ ਇਹ ਜਿਹੜੇ 2 ਕੇਸਿਸ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਬਾਅਦ SIT ਬਣੀ, ਜਿਹਦੇ 'ਚ ਪ੍ਰਮੋਦ ਕੁਮਾਰ ਔਰ ਕੁੰਵਰ ਵਿਜੇ ਪ੍ਰਤਾਪ ਹੋਣੀ ਨੇ। ਸੋ ਇਸ ਕਰਕੇ ਇਹਨਾਂ ਨੂੰ ਜੋੜ ਕੇ ਦੇਖਿਆ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਔਰ ਲੋਕਾਂ ਨੂੰ ਗੁੰਮਰਾਹ ਕਰਨ ਦੇ ਬਰਾਬਰ ਹੈ। ਇੱਕ ਤੀਜਾ ਜਿਹੜਾ ਸਵਾਲ ਆ, ਸਾਹਿਬ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਇਹਦੀ ਜਿਹੜੀ ਜਾਂਚ ਹੈ ਉਹ ਸੁਪਰੀਮ ਕੋਰਟ ਦੇ ਕਿਸੇ ਸਿਟਿੰਗ ਜੱਜ ਕੋਲੋਂ ਹੋਣੀ ਚਾਹੀਦੀ ਹੈ। ਅਸੀਂ ਸਹਿਮਤ ਹਾਂ ਮਜੀਠੀਆ ਸਾਹਿਬ ਦੀ ਇਸ ਗੱਲ ਦੇ ਨਾਲ, ਅਕਾਲੀ ਦਲ ਦੀ ਇਸ ਗੱਲ ਦੇ ਨਾਲ। ਤੁਹਾਡੀ ਸਰਕਾਰ ਪਹਿਲਾਂ 2.5 ਸਾਲ ਪਹਿਲਾਂ ਪੰਜਾਬ ਦੇ ਵਿੱਚ ਸੀ, ਉਸ ਸਮੇਂ ਸੈਂਟਰ ਦੇ ਵਿੱਚ ਵੀ ਸੀ, ਅੱਜ ਵੀ ਸੈਂਟਰ ਦੇ ਵਿੱਚ ਹੈ। ਤੁਹਾਡੇ ਭੈਣ ਬੀਬੀ ਹਰਸਿਮਰਤ ਕੌਰ ਬਾਦਲ ਉੱਥੇ ਮੰਤਰੀ ਨੇ। ਤੁਸੀਂ ਇਹ ਜਾਂਚ ਕਰਾਓ, ਅਸੀਂ ਤੁਹਾਡਾ ਸਾਥ ਦੇਵਾਂਗੇ, ਇਸ ਜਾਂਚ ਦੀ ਮੰਗ ਕਰਨ ਲਈ ਅਸੀਂ ਤੁਹਾਡੇ ਨਾਲ ਜਾਵਾਂਗੇ, ਕਿਉਂਕਿ ਸੱਚਾਈ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਪਰ ਮਜੀਠੀਆ ਸਾਹਿਬ, ਮੈਂ ਤੁਹਾਨੂੰ ਅਤੇ ਅਕਾਲੀ ਦਲ ਨੂੰ ਸਵਾਲ ਕਰਨਾ ਚਾਹੁੰਦਾ, ਪੁੱਛਣਾ ਚਾਹੁੰਦਾ ਅੱਜ ਕਿ ਤੁਸੀਂ ਕੀ ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ ਯਕੀਨ ਰੱਖਦੇ ਹੋ? ਇੱਕ SIT ਬਣੀ ਕੁੰਵਰ ਵਿਜੇ ਪ੍ਰਤਾਪ ਹੋਣਾ ਦੀ, ਉਹਨੂੰ ਤੁਸੀਂ ਕਹਿੰਦੇ ਹੋ ਅਸੀਂ ਇਹਨੂੰ ਮੰਨਦੇ ਨਹੀਂ ਹੈਗੇ, ਤੁਸੀਂ ਆਪ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਆਪਦੀ ਸਰਕਾਰ ਦੇ ਵਿੱਚ, ਔਰ ਬਣਿਆ ਉਹ ਕਮਿਸ਼ਨ ਆਫ ਇਨਕੁਆਇਰੀ ਐਕਟ 1952 ਦੇ ਤਹਿਤ, ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਸਿਵਲ ਕੋਰਟ ਹੁੰਦੀ ਹੈ, ਤੁਸੀਂ ਆਪ ਬਣਾਇਆ ਅਤੇ ਜਦੋਂ ਉਹ ਸਾਲ ਬਾਅਦ ਜਸਟਿਸ ਜ਼ੋਰਾ ਸਿੰਘ ਆਪਦੀ ਰਿਪੋਰਟ ਲੈ ਕੇ ਗਏ, ਨਾ ਤੁਹਾਡੇ ਮੁੱਖ ਮੰਤਰੀ, ਨਾ ਡਿਪਟੀ ਮੁੱਖ ਮੰਤਰੀ, ਨਾ ਚੀਫ ਸੈਕਟਰੀ, ਨਾ ਕੋਈ ਸੈਕਟਰੀ, ਨਾ ਕੋਈ IAS PCS ਅਫਸਰ, ਕਿਸੇ ਨੇ ਉਹਨਾਂ ਕੋਲੋਂ ਰਿਪੋਰਟ ਨਹੀਂ ਫੜੀ ਹੈਗੀ। ਉਹ 3 ਘੰਟੇ ਇੱਕ ਅਫਸਰ ਦੇ ਦਫ਼ਤਰ ਦੇ ਬਾਹਰ ਬੈਠ ਕੇ ਉਹ PN ਨੂੰ ਵਿਚਾਰੇ ਆਪਦੀ ਰਿਪੋਰਟ ਫੜਾ ਕੇ ਆਏ ਨੇ। ਅਤੇ ਕਿਵੇਂ ਮੰਨ ਲਈਏ ਕਿ ਤੁਸੀਂ ਹਿੰਦੁਸਤਾਨ ਦੇ ਸੰਵਿਧਾਨ ਦੀ ਅਤੇ ਕਾਨੂੰਨ ਦੀ ਅਤੇ ਕੋਰਟਾਂ ਦੀ ਤੁਸੀਂ ਇੱਜ਼ਤ ਕਰਦੇ ਹੋ? ਉਸ ਤੋਂ ਬਾਅਦ ਉਸੇ ਐਕਟ ਦੇ ਤਹਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਆਂ ਦਾ, ਸੁਖਬੀਰ ਬਾਦਲ ਜੀਆਂ ਦਾ, ਤੁਹਾਡਾ, ਅਕਾਲੀ ਦਲ ਦਾ ਇਹ ਬਿਆਨ ਆਇਆ ਕਿ ਅਸੀਂ ਇਸ ਕਮਿਸ਼ਨ ਨੂੰ ਰਿਜੈਕਟ ਕਰਦੇ ਹਾਂ। ਮੈਂ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਅੱਜ ਕਿ ਜਿਹੜੇ ਸੰਵਿਧਾਨ ਦੇ ਤਹਿਤ ਕਮਿਸ਼ਨ ਆਫ ਇਨਕੁਆਇਰੀ ਐਕਟ 1952 ਦੇ ਤਹਿਤ ਜਿਹੜੀ ਇੱਕ ਜੁਡੀਸ਼ੀਅਲ ਕਮਿਸ਼ਨ ਬਣਿਆ ਹੋਵੇ, ਜਿਹੜਾ ਕਿ ਕੁਆਸੀ ਜੁਡੀਸ਼ੀਅਲ ਕਮਿਸ਼ਨ ਹੈ, ਸਿਵਲ ਕੋਰਟ ਦੇ ਅਧਿਕਾਰ ਨੇ, ਤੁਸੀਂ ਉਹਨੂੰ ਕਿਵੇਂ ਰਿਜੈਕਟ ਕਰ ਸਕਦੇ ਹੋ? ਅਤੇ ਹੁਣ ਕਿਵੇਂ ਮੰਨ ਲਈਏ ਕਿ ਜੇ ਤੁਸੀਂ ਅੱਜ ਸੁਪਰੀਮ ਕੋਰਟ ਦੇ ਜੱਜ ਤੋਂ ਵੀ ਇਨਕੁਆਇਰੀ ਹੁੰਦੀ ਹੈ, ਕੱਲ੍ਹ ਨੂੰ ਜਦੋਂ ਉਹ ਤੁਹਾਡੇ ਅਗੇਂਸਟ ਤੁਹਾਡੇ ਸੱਚ ਦਿਖਾਉਣ ਲੱਗਿਆ, ਸ਼ੀਸ਼ਾ ਦਿਖਾਉਣ ਲੱਗਿਆ, ਤੁਸੀਂ ਉਦੋਂ ਵੀ ਕਹੋਗੇ ਅਸੀਂ ਇਹਨੂੰ ਮੰਨਦੇ ਨਹੀਂ ਹੈਗੇ? ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਨੇ ਇਹ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਨੇ, ਬੇਵਕੂਫ ਬਣਾਉਣ ਵਾਲੀਆਂ ਨੇ, ਇਹਨਾਂ ਗੱਲਾਂ ਦਾ ਵਿੱਚ ਫਾਇਦਾ ਕੋਈ ਨਹੀਂ ਹੈਗਾ। ਔਰ ਇੱਕ ਜਿਹੜੀ ਉਹਨਾਂ ਨੇ ਹੋਰ ਬੜੀ ਇੰਟਰਸਟਿੰਗ ਗੱਲ ਸਾਥੀਓ ਕਹੀ ਕਿ ਆਮ ਆਦਮੀ ਪਾਰਟੀ ਨੇ ਸਿਰਫ ਔਰ ਸੁਬੋਧ ਕੁਮਾਰ ਦੇ ਖਿਲਾਫ ਇਹ ਜਿਹੜਾ ਵਿਸ਼ੇਸ਼ ਅਧਿਕਾਰ ਹਨਨ ਦਾ ਕੇਸ ਹੈ ਉਹ ਕਿਉਂ ਲੈ ਕੇ ਆਏ ਨੇ? ਉਹ ਮੁੱਖ ਮੰਤਰੀ ਦੇ ਖਿਲਾਫ, ਉਹ ਮੰਤਰੀਆਂ ਦੇ ਖਿਲਾਫ ਕਿਉਂ ਨਹੀਂ ਲੈ ਕੇ ਆਏ ਹੈਗੇ? ਮੈਂ ਸਮਝਦਾ ਕਿ ਅਕਾਲੀ ਦਲ ਨੇ, ਕਾਂਗਰਸ ਨੇ, ਮਜੀਠੀਆ ਸਾਹਿਬ ਉਹਨਾਂ ਨੇ, ਕੈਪਟਨ ਸਾਹਿਬ ਉਹਨਾਂ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਵਿੱਚ, ਉਹਨਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਵਿੱਚ PhD ਦੀ ਡਿਗਰੀ ਹੈ ਜਿਹੜੀ ਉਹ ਸ਼ਾਇਦ ਕਰ ਲਈ ਹੈ, ਕਿਉਂਕਿ ਇਹ ਤਾਂ ਇੱਕ ਅਣਜਾਣ ਤੋਂ ਅਣਜਾਣ ਵਿਅਕਤੀ ਵੀ ਜਾਣਦਾ ਹੈ ਕਿ ਵਿਸ਼ੇਸ਼ ਅਧਿਕਾਰ ਹਨਨ ਦੀ ਕਾਰਵਾਈ ਸਿਰਫ ਔਰ ਸਿਰਫ ਉਸੇ ਵਿਅਕਤੀ ਦੇ ਤਹਿਤ ਹੁੰਦੀ ਹੈ, ਉਸੇ ਵਿਅਕਤੀ ਦੇ ਅਗੇਂਸਟ ਹੁੰਦੀ ਹੈ ਜਿਹੜਾ ਕਿ ਵਿਧਾਨ ਸਭਾ ਦੇ ਮਤੇ ਦੇ ਅਗੇਂਸਟ ਗਿਆ ਹੋਵੇ, ਖਿਲਾਫ ਗਿਆ ਹੋਵੇ। ਅਤੇ ਇਸ ਕਰਕੇ ਇਸ ਕੇਸ ਦੇ ਵਿੱਚ DGP ਪ੍ਰਬੋਧ ਕੁਮਾਰ ਨੇ ਚਿੱਠੀ ਲਿਖੀ ਹੈ ਅਤੇ ਉਹਨਾਂ ਦੇ ਅਗੇਂਸਟ ਹੀ ਇਹ ਬਣਦਾ ਸੀਗਾ।
और जिहड़ी विधानसभा की किताब है उहदा रूल 21 चैप्टर 21 और सैक्शन 262 चक के देख लो मजीठिया साहब तुहानूं स्पष्ट नज़र आजूगा कि किहदे अगेंस्ट बणदा सी। और फिर अगली गल जे तुसीं इह कह रहे हो अकाली दल अज इह कह रहा है कि असी सीएम दे जां मंत्रियां दे अगेंस्ट क्यों नहीं लैके आए हैगे ते सारा काम असी करना, तुसीं भी तां ओपोजिशन दे विचों, तुहानूं कौन रोकदा अकाली दल दे अज जिहड़े MLA साहिबान ने उन्हां नूं कौन रोकदा कि मुख्यमंत्री दे खिलाफ जिहड़ा प्रिविलेज मोशन है, जिहड़ा ब्रीच ऑफ प्रिविलेज मोशन है वह लैके आउण दे विच तुहानूं कौन रोक रहा, तुहाडा हत्थ कौन फड़ रहा, तुसीं इंडिपेंडेंट हो, तुसीं क्यों नहीं आप मूव करदे हैगे, तुहानूं पता लग जूगा कि जिहड़ी तुसीं गल कही है उहदे विच कोई वजन सी या लोगों सिर्फ बेवकूफ बनाने वाली गल तुसीं कर रहे सीगे। और